ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਨੇ ਸਾਰਿਆਂ ਦੇ? ਅੱਜ ਆਪਾਂ ਜਿਹੜੀ ਆਪਾਂ ਤਵੇ ਰੰਗ ਕੀਤੀਆਂ ਸੀਗੀਆਂ ਉਹਦੇ ਤਵੇ ਕਸਾਂਗੇ। ਉਹ ਪਏ ਤਵੇ, ਉਹ ਆਪਾਂ ਇੱਥੋਂ ਹੁਣ ਕਸਾਂਗੇ ਤਵੇ, ਅਤੇ ਉਹਦੇ ਵਾਸਤੇ ਆਪਾਂ ਨੂੰ ਲਿਫਟ ਚੱਕਣੀ ਪੈਣੀ ਹੈ ਜੀ। ਤਾਂ ਆਪਾਂ ਟਰੈਕਟਰ ਲਿਆਉਣੇ ਆ, ਅਤੇ ਆਪਾਂ ਆਹ ਕੰਮ ਕਰੀਏ ਪਹਿਲਾਂ। ਚਲੋ ਆਪਾਂ ਬਾਹਰ ਕੱਢ ਲਈਏ ਪਹਿਲਾਂ। ਮਗਰ ਆਈ ਆਉਂਦੇ ਨਾ ਅੰਦਰ ਹੀ, ਅਸੀਂ ਨਾ ਅਸੀਂ ਥੋੜ੍ਹੇ ਚੱਕ ਕੇ ਲਿਆਵਾਂਗੇ। ਅਸੀਂ ਘੁਮਾਓ, ਸਿੱਧਾ ਵੜੋ, ਦੇਖੀ ਰੁਕੋ ਰੁਕੋ ਰੁਕੋ, ਆਉਂਦੇ 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 ਸਮੇਂ ਦੌਰਾਨ ਹੋਰ ਆਉਂਦੇ ਆਉਂਦੇ ਹਾਂ। ਖੜ ਜਾ ਖੜ ਜਾ, ਇੱਥੋਂ ਫੜ ਕੇ ਰੱਖ, ਹਾਂ ਹੁਣ ਉੱਧਰ ਲੈ ਜਾ। ਖੜ ਜਾ ਖੜ ਜਾ, ਪਿੱਛੇ ਆਉਣਗੇ ਇੱਧਰ। ਸੋ ਪਿਛਲੇ ਤਵੇ ਤਾਂ ਕਸਤੇ ਪਰ ਬਹੁਤ ਔਖੇ ਕਸੇ ਇਹ, ਤੇ ਹੁਣ ਨਟ ਕੱਸਦੇ ਹਾਂ ਆਪਾਂ, ਟਾਈਟ ਕਰ ਦਿੰਦੇ ਹਾਂ ਫੁੱਲ। ਚੱਲ ਬਹੁਤ ਆਪਾਂ ਨਾਟਕ ਕੱਸ ਲਈਏ, ਅਤੇ ਇਸ ਤੋਂ ਬਾਅਦ ਆਪਾਂ ਅਗਲੇ ਤਵੇ ਕੱਸਾਂਗੇ, ਉਸ ਤੋਂ ਟਾਈਮ ਲੱਗ ਜੂਗਾ। ਫਿਰ ਸਾਰਾ ਕੁਛ ਕੰਮ ਕਰਕੇ ਫਿਰ ਮਿਲਦੇ ਤੁਹਾਨੂੰ। ਫਿਰ ਆਪਾਂ ਹੁਣ ਤਵੇ ਦੇ ਨਟ ਨੁਟ ਕੱਸ ਤੇ ਸਾਰੀ ਕੰਪਲੀਟ ਹੋ ਗਈਆਂ, ਹੁਣ ਇਹਨਾਂ ਨੂੰ ਪਿੱਛੇ ਵਾੜੇ 'ਚ ਕੱਢੇ ਹੋਣੇ ਕੱਸਤੇ ਸਾਰੇ। ਹੁਣ ਆਪਾਂ ਨੂੰ ਕੱਢੇ ਹੋਣੇ ਆ ਪਿੱਛੇ ਵਾੜੇ 'ਚ। ਇੱਕ ਰਹਿ ਗਿਆ, ਦੇਖੋ ਸਾਡੇ ਬੰਦੇ ਦੀ ਪੂਰੀ ਧੁੱਕੀ ਨਿਕਲ ਗਈ ਨਾ, ਤਵੇ ਕੱਸਦੇ ਕੱਸਦੇ ਤਸੱਲੀ ਕਰਾਤੀ ਹੁਣ। ਹਾਂ ਕੱਸ ਲਈਏ, ਫਿਰ ਆਪਾਂ ਚੱਲਦੇ ਬਾੜੇ 'ਚ ਕੱਢ ਕੇ ਫਿਰ ਕਰਿਆ।
चलो ले जा स्टैंड के ले जा और ऐसे टाइप जेडी लाइस ना अंदर पई है 4 इंच की सो वीरो अपा दवियां पालियां हुन अपा पिछले वाड़े जनों कटे होने हैं चलो ये भी कटाने वाली है जड़ियां बच दी हैं अब उसे बैग कर देंगे तो तवियां आपां कढ़तियां अपना कम निबड़ गया तो हुण आपां पौने आ किराया किराया भी आपां फिर कढ़ दिंदे आ बाकी आ वढाउण वालियां यार तो चलो आपां किराया पा के लिआउणे आ इहदे इहदे ਪਾਲੀ ਆਪਾਂ ਫੱਟੀ ਕੱਢਦੇ ਸਪਰਿੰਗ ਵੀ ਕੱਢਦੇ तो हूँ आप भी क्डे होने हैं इन आप क्या किराया पालिया आप
ਆਪਣਾ ਹੁਣ ਜਿਵੇਂ ਆਹ ਸਾਫ ਸਫਾਈ ਜੀ ਕਰ ਲਈਏ, ਜਿਵੇਂ ਥਾਂ ਜਿਹਾ ਸਾਫ ਹੋ ਜੂਗਾ ਵਧੀਆ, ਅਤੇ ਫਿਰ ਖੜਾ ਦਾਂਗੇ ਆਪਾਂ ਕਿਰਾਇਆ। ਸਾਫ ਸਫਾਈ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ। ਸਾਰਾ ਕੰਮ ਨਿਬੜ ਗਿਆ ਅਤੇ ਹੁਣ ਕਰਦੇ ਹਾਂ ਆਰਾਮ, ਫਿਰ ਉਦੋਂ ਬਾਅਦ ਦੇਖਦੇ ਕੀ ਬਣਦਾ। ਬਾਕੀ ਆਪਾਂ ਘੇਰਾ ਅੰਦਰ ਲਾਤਾ। ਸੋ ਮਿੱਤਰੋ, ਹੁਣ ਤੁਸੀਂ ਕਹਿੰਦੇ ਹੋਗੇ ਕਿੱਥੇ ਚੱਲ ਪਏ, ਹੁਣ ਕੋਈ ਕੰਮ ਕਰਨ ਚੱਲੇ ਹਾਂ, ਉਹ ਤੁਹਾਨੂੰ ਦਿਖਾ ਨਹੀਂ ਸਕਦੇ, ਕੋਈ ਇੰਪੋਰਟੈਂਟ ਕੰਮ ਹੈ, ਜਦੋਂ ਉਹ ਨਿਬੜ ਗਿਆ ਆਪਾਂ ਉਦੋਂ ਫਿਰ ਦਿਖਾਵਾਂਗੇ ਤੁਹਾਨੂੰ, ਤਾਂ ਆ ਕੇ ਮਿਲਦੇ ਹਾਂ ਤੁਹਾਨੂੰ। ਵੀਰੋ, ਆਪਾਂ ਸ਼ਹਿਰੋਂ ਤਾਂ ਆ ਗਏ ਸੀਗੇ ਅਤੇ ਆਪਾਂ ਸੁਬਹਾ ਮਿਲਦੇ ਹਾਂ, ਹੁਣ ਨਹੀਂ ਸੁਬਹਾ ਗੱਲ ਕਰਾਂਗੇ, ਕਿਉਂਕਿ ਹੁਣ ਰਾਤ ਵੀ ਹੋ ਗਈ ਅਤੇ ਮੈਂ ਵੀ ਬਹੁਤ ਥੱਕਿਆ ਹੋਇਆ ਜਿੱਥੋਂ ਆਪਾਂ ਆਏ ਹਾਂ। ਅਤੇ ਇੱਕ ਬਹੁਤ ਸਪੈਸ਼ਲ ਚੀਜ਼ ਹੈ, ਉਹ ਤੁਹਾਨੂੰ ਸੁਬਹਾ ਦੱਸੂੰਗਾ ਮੈਂ, ਹੁਣ ਨਹੀਂ ਥੋੜ੍ਹਾ ਸੁਬਹਾ ਦੱਸਾਂਗੇ। ਸੋ ਸੁਬਹਾ ਮਿਲਦੇ ਹਾਂ, ਐਸੇ ਵਲੋਗ 'ਚ ਸੁਬਹਾ ਆ ਜਾਊਗਾ ਬਸ, ਠੀਕ। ਹਾਂਜੀ, ਡੇ ਟੂ ਅੱਜ, ਅਤੇ ਗੁੱਡ ਮੋਰਨਿੰਗ ਸਾਰਿਆਂ ਨੂੰ। ਅੱਜ ਆਪਾਂ ਕੁਛ ਚੀਜ਼ ਲੈਣ ਚੱਲੇ ਹਾਂ, ਹੁਣ ਉਹ ਕੀ ਲੈਣ ਚੱਲੇ ਹਾਂ ਉਹ ਅਗਲੇ ਵਲੋਗ 'ਚ ਦਿਖਾਵਾਂਗੇ। ਸੋ ਆਹ ਵਲੋਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਸੋ ਜੇ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਸਪੋਰਟ ਦਿਖਾਓ ਯਾਰ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਵੱਧ ਤੋਂ ਵੱਧ, ਅਤੇ ਲਾਈਕ ਕਮੈਂਟ ਜ਼ਰੂਰ ਕਰਕੇ ਛੱਡਿਆ ਕਰੋ। ਆਹ ਵਲੋਗ ਇੱਥੋਂ ਤੱਕ ਹੀ ਸੀਗਾ, ਅਗਲੇ ਵਲੋਗ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਕੁਛ। ਸੋ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ, ਮਿਲਦੇ ਤੁਹਾਨੂੰ ਇਹੋ ਜਿਹੀ ਇੱਕ ਹੋਰ ਨਵੀਂ ਵੀਡੀਓ ਵਿੱਚ। ਅਗਲਾ ਵਲੋਗ ਜ਼ਰੂਰ ਦੇਖਿਓ ਅਤੇ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਸਪੋਰਟ ਦਿਖਾਓ ਯਾਰ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਵੱਧ ਤੋਂ ਵੱਧ, ਅਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਕਿਵੇਂ ਲੱਗਦਾ ਵਲੋਗ, ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ, ਜ਼ਰੂਰ ਦੇਖਿਓ ਅਗਲਾ ਵਲੋਗ। ਚੰਗਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।